ਜਪਾਨ ਦੇ ਕੋਬੇ ਵਿੱਚ ਚੱਲ ਰਹੀ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਔਰਤਾਂ ਦੇ F51 ਕਲੱਬ ਥਰੋ ਮੁਕਾਬਲੇ ਵਿੱਚ ਸਰਬੋਤਮ 20.12 ਮੀਟਰ ਥਰੋ ਨਾਲ ਭਾਰਤ ਦੀ ਏਕਤਾ ਭਿਆਨ ਨੇ ਸੋਨ ਤਮਗਾ ਹਾਸਲ ਕੀਤਾ ਹੈ ਕਸ਼ਿਸ਼ ਲਾਕਰਾ ਨੇ 14.56 ਮੀਟਰ ਦੀ ਥਰੋ ਨਾਲ ਚਾਂਦੀ ਦਾ ਤਮਗਾ ਜਿੱਤਿਆ ﺍﻟजीरिया ਦੇ ਨਾਜੈਟ ਬੌਉਚਰ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ ਏਕਤਾ ਭਿਆਨ ਹਰਿਆਣਾ ਸਿਵਲ ਸਰਵਿਸਿਜ਼ ਦੀ ਅਧਿਕਾਰੀ ਹੈ ਤੇ ਉਸਨੇ ਚੀਨ ਵਿੱਚ ਹੋਈਆਂ ਏਸ਼ੀਆਈ ਪੈਰਾ ਗੇਮਜ਼ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ ਵਿਸ਼ਵ ਇਹ ਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਹੁਣ ਤੱਕ 200 ਨ ਤਿੰਨ ਚਾਂਦੀ ਤੇ ਦੋ ਕਾਂਸੀ ਦੇ ਤਮਗੇ ਹਾਸਲ ਕੀਤੇ ਨੇ ਚੈਂਪੀਅਨਸ਼ਿਪ 25 ਮਈ ਤੱਕ ਚੱਲੇਗੀ